ਇਕ ਦਾਣਾ ਪਾਣੀ ਖਿੱਚ ਕੇ ਲੈਂਦਾ ਕੋਣ ਕਿਸੇ ਦਾ ਖਾਂਦਾ ਪਰ ਤੁਹਾਨੂੰ ਦੱਸ ਦਈਏ ਜੁਪੀ ਤੋਂ ਇੱਥੇ ਕੁਝ ਮਜ਼ਦੂਰ ਆਏ ਸੀ ਬੀਤੀ ਰਾਤ ਚੋਰਾਂ ਦੇ ਵੱਲੋਂ ਉਸ ਨੂੰ ਅੰਜਾਮ ਦਿੱਤਾ ਗਿਆ ਜਿਨ੍ਹਾਂ ਨੇ ਕਿ ਕਾਸ਼ੀ ਦੇ ਕਾਫੀ ਦਿਨਾਂ ਤੋਂ ਮਿਹਨਤ ਮਜ਼ਦੂਰੀ ਕਰਕੇ ਬੜੇ ਹੀ ਮੁਸ਼ਕਲ ਨਾਲ ਪੈਸਾ ਕੁਝ ਜੁੜਿਆ ਤੋੜਿਆ ਅੱਜ ਪਰਿਵਾਰ ਦੇ ਵਿੱਚ ਜਾਣਾ ਸੀਗਾ ਪਰ ਬੀਤੀ ਰਾਤ ਜੋ ਉਹਨਾਂ ਨਾਲ ਬੀਤੀ ਉਹਨਾਂ ਦੇ ਦਰਦ ਨੂੰ ਸਮਝਦੇ ਹੋਇਆ ਸਾਡੀ ਟੀਮ ਅੱਜ ਫਾਜ਼ਲਕਾ ਦੇ ਪਿੰਡ ਆਲ ਬੋਦਲਾ ਪਹੁੰਚੀ ਹੈ ਪਰ ਉਹਨਾਂ ਨਾਲ ਵੀ ਤੁਹਾਨੂੰ ਨਖਰਾਵਾਗੇ ਗੱਲਬਾਤ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਬਹੁਤ ਸ਼ਰਮਨਾਤ ਕਹਾਣੀ ਹੈ ਪੰਜਾਬ ਦੀ ਧਰਤੀ ਇਹੋ ਜੀ ਧਰਤੀ ਹੈ ਜਿੱਥੇ ਕਿ ਹਰ ਦੀ ਮਦਦ ਲਈ ਤੁਹਾਨੂੰ ਵੀ ਪਤਾ ਹੈ ਹਾੜ ਆਏ ਪੰਜਾਬੀ ਉਹਨਾਂ ਦੇ ਹੱਕ 'ਚ ਉਤਰੇ ਅਨਾਜ ਸਾਰਾ ਕੁਝ ਪੱਠਾ ਡੱਠਾ ਲੈ ਕੇ ਪਹੁੰਚੇ ਪਰ ਜਿਹੜੀ ਸ਼ਰਮਨਾਤ ਕਹਾਣੀ ਆਈ ਸਾਹਮਣੇ ਜੂਪੀ ਤੋਂ ਆਏ ਲੋਕ ਜਿਨ੍ਹਾਂ ਨੇ ਦਸਾਂ ਨੌਂ ਦੀ ਕੀਰਤ ਕਰਕੇ ਪੈਸਾ ਜੋੜਿਆ ਔਰ ਜੋੜਨ ਤੋਂ ਬਾਅਦ ਜਦੋਂ ਆਪਣੇ ਪਰਿਵਾਰ ਦੇ ਵਿੱਚ ਜਾਣ ਲਈ ਤਿਆਰ ਹੋਏ ਤੇ ਬੀਤੀ ਰਾਤ ਜੋ ਉਹਨਾਂ ਨਾਲ ਦਰਘਟਨਾ ਵਾਪਰੀ ਉਹ ਵੀ ਤੁਹਾਨੂੰ ਮੂੰਹ ਬੁਰੀ ਬੁਰੀ ਕਰਾਵਾਂਗੇ ਤੇ ਉਹਨੂੰ ਇਹ ਦੱਸ ਦਈਏ ਬੜੀ ਪੰਜਾਬ ਵਾਸਤੇ ਸ਼ਰਮਨਾਕ ਕਹਾਣੀ ਹੈ ਕਹਿਣ ਦਾ ਭਾਵ ਤਾਂ ਇਹੀ ਆਇਆ ਅਖੇ ਤੂੰ ਕੌਣ ਹੈ ਤੇ ਮੈਂ ਕੌਣ ਆਪਾਂ ਹਮੇਸ਼ਾ ਹੀ ਜਾਣਦੇ ਆ ਆਪਣੇ ਪੰਜਾਬ ਦੇ ਵੀ ਲੋਕ ਕਾਫੀ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਰਹਿੰਦੇ ਨੇ ਜੇ ਉਹਨਾਂ ਪੰਜਾਬ ਦੇ ਲੋਕਾਂ ਨਾਲ ਵੀ ਇਸ ਤਰ੍ਹਾਂ ਹੋਵੇ ਤਾਂ ਫਿਰ ਆਪਣੇ ਮਨ ਤੇ ਕੀ ਜਾਊਗੀ ਜਰਾ ਧਿਆਨ ਨਾਲ ਸੋਚ ਕੇ ਦੇਖਿਓ ਜੇ ਇਹਨਾਂ ਗਰੀਬਾਂ ਦੀ ਆਪਾਂ ਪੰਜਾਬੀਆਂ ਨੇ ਪੂਰੀ ਹੈਲਪ ਕਰਕੇ ਇੱਜ਼ਤ ਤੇ ਸਨਮਾਨ ਨਾਲ ਆਪਾਂ ਇਹਨਾਂ ਨੂੰ ਤੋਰਾਂਗੇ ਤੇ ਇਹਦੇ ਵਿੱਚ ਜਿਹੜਾ ਨਾ ਆ ਜਿਹੜਾ ਤੱਬਾ ਤੁਸੀਂ ਇੱਕ ਵਾਰ ਸੁਣਿਆ ਹੀ ਹੋਣਾ ਕਾਫੀ ਵੀਡੀਓ ਵਾਇਰਲ ਹੋਈਆਂ ਸਿਆਂ ਦੇ ਟਰੱਕ ਚੋਰੀ ਹੋਏ ਪੰਜਾਬੀਆਂ ਨੇ ਸਾਥ ਦਿੱਤਾ ਉਹਨੂੰ ਪੂਰੀ ਉਹਦੀ ਪਰਪਾਈ ਕਰਕੇ ਉਸ ਨੂੰ ਬੜੀ ਖੁਸ਼ੀ ਦੇ ਨਾਲ ਜਿਹੜਾ ਤੁਸੀਂ ਹੌਸਲਾ ਦਿੱਤਾ

छुट्टी मिलता है दस बजे नौ बजे रात को ठीक है तो हम लोग को मन चस्का लग जाता है ठीक तो हम लोग खाने पीने के लिए कहीं नहीं मिलता है तो दूर मिलता है तो वहाँ से ले आके हम लोग खा पी के अपने जगह पे सो जाता हूँ जी ठीक है और इसमें जो है गांव वाले बंदे पीछे पड़ जाता है हम लोग को मार देता है पैसे खोस लेता है मोबाइल खोस लेता है कितने मोबाइल थे तीन पाँच तीन मोबाइल छः हजार रूपये और अब आपने जाना था वापस आप लोग बोल रहे थे कि वापस जाना था तो आपके पास कितना पैसा बचा है पैसा तो बचा था छ हजार सारे काट कूट के दो सौ रुपये बच गया था अच्छा। वहाँ खोस लिया था तो दो सौ रूपये बच गया मेरे पीछे दो सौ रूपये दो सौ रुपये में पाँच बं, बंदे कैसे पहुँचूंगा बिहार जो जिस के खेत में आए हो उसी ने कोई हेल्प की अब तो उसी का इच्छा है जो करे जो करे वो हाँ। वही मानता हूँ मैं हाँ। और कुछ क्या कहूँगा सारे आए हैं अब वो जो करेगा वही होगा हाँ। आप लोग क्या कहना चाहते हो हम लोग को यही चाहना हो, होना चाहिए भाई साहब हम लोग को हेल्प होना चाहिए हाँ। बस क्योंकि तुम दस दीजाबा कोई इंसान नहीं रहा हाँ। जिंदगी की हेल्प ना की जा सके पर तु दस दी भी बड़ा दुख की गल है ਕਿ ਹਰ ਬੰਦਾ ਤੁਹਾਨੂੰ ਪਹਿਲੇ ਵੀ ਦੱਸਦਾ ਨਾ ਵੀ ਦਾਣਾ ਪਾਣੀ ਖਿੱਚ ਕੇ ਲਿਆਂਦਾ ਕੋਣ ਕਿਸੇ ਦਾ ਖਾਂਦਾ ਪਰ ਇਹਨਾਂ ਨੇ ਆਪਣੀ ਮਿਹਨਤ ਮਜ਼ਦੂਰੀ ਕੀਤੀ ਹੋਈ ਪੰਜਾਬ ਦੇ ਵਿੱਚ ਪਹਿਲੀ ਅਧਰਗਟਨਾ ਨਹੀਂ ਇਹ ਕਾਫੀ ਹੈ ਤੇ ਕਿਤੇ ਨਾ ਕਿਤੇ ਥੋੜਾ ਬਹੁਤਾ ਪ੍ਰਸ਼ਾਸਨ ਵੀ ਇਸ ਵळे ਧਿਆਨ ਕਰੇ ਜਿਹੜੇ ਦਿਨੋ ਦਿਨ ਲੁੱਟ ਖੋਹ ਹੁੰਦੀ ਹੈ ਤੇ ਇਹਨਾਂ ਵळे ਥੋੜਾ ਬਹੁਤਾ ਧਿਆਨ ਕਰੇ ਇਹੋ ਜੇ ਪ੍ਰਵਾਸੀ ਨਾਲ ਜਿਹੜਾ ਹਾਲਾਤ ਬੀਤੇ ਜਾਂਦੇ ਨੇ ਹੁਣ ਉਹਨਾਂ ਨੇ ਆਪਣੇ ਪਰਿਵਾਰ ਦੇ ਵਿੱਚ ਜਾਣਾ ਸੀਗਾ ਬੜੀ ਮਿਹਨਤ ਕੀਤੀ ਪੈਸਾ ਜੁੜਿਆ ਪਰਿਵਾਰ ਦੇ ਕੋਲ ਜਾਣਾ ਸੀ ਜਿਹੜਾ ਬੀਤੀ ਰਾਤ ਇਹਨਾਂ ਨਾਲ ਜੋ ਦੁਰਘਟਨਾ ਵਾਪਰੀ ਹੈ ਤੇ ਅਸੀਂ ਅਸੀਂ ਵੀ ਬੇਨਤੀ ਕਰਾਂਗੇ ਤੇ ਇਹਨਾਂ ਨੂੰ ਵੱਧ ਤੋਂ ਵੱਧ ਸਹਾਇਤਾ ਦਿੱਤੀ ਜਾਵੇ ਕਿ ਉਸੇ ਤਰ੍ਹਾਂ ਕੇ ਨਾਲ ਇਹਨਾਂ ਨੂੰ ਆਪਣੇ گاؤں ਭੇਜ ਦਿੱਤਾ ਜਾਵੇ ਅੱਗੇ ਤੋਂ ਪੰਜਾਬ ਆਉਣ ਦੀ ਗੱਲ ਕਰੋਗੇ ਵੀ ਜਿਹੜਾ ਸਾਨੂੰ ਦੁਰਘਟਨਾ ਵਾਪਰੀ ਹੈ ਹਾਂਜੀ ਨਹੀਂ ਅੱਗੇ ਤੋਂ ਕੁਝ ਨਹੀਂ ਹੋਆ ਹਾਂ पल्लेवार हुआ हमारे लोग को समझ लोग जाते आ, आ, आज चले जाते आ, वो तो रात में हो गया हाँ आज आ, दाने वाले थे और रात में बस दो तीन मार पीट करके वो सब पैसे मोबाइल सभी छीन लिया ओ तो इस बंदे यहाँ पे वो ओ, देखो दाग दिखा दो दाग देखो रात में चप्पू मारा था ये तो ताब चला जाता इसमें मैं साठ साठ हो गया नहीं तो मेरे को हो जाता ਆਪਰ ਮੈਂ ਐਸੇ ਕਰ ਦਿਆ ਹੂੰ ਤੁਹਾਨੂੰ ਦੱਸ ਦਈਏ ਤਸਵੀਰਾਂ ਚ ਵੀ ਵਿਖਾ ਦਿੱਤਾ ਗਿਆ ਵੀ ਤੇਜ਼ ਥਾਰ 11 ਦੇ ਨਾਲ ਜੋ ਕਿ ਲੁੱਟ ਮਾਰਕ ਹੋ ਕੀਤੀ ਗਈ ਹੈ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਕਿ ਇਹਨਾਂ ਦੇ ਕੈਮਰੇ ਜਾਂ ਆਸ-ਪਾਸ ਕੋਈ ਵੀ ਕੈਮਰਾ ਲੱਗਿਆ ਇਹਨਾਂ ਦੀ ਫਰੋਲ ਕੇ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਜੇ ਇਹੋ ਜਿਹੇ ਜਿਹੜੇ ਅੰਦਰ ਰੁਕਤਨਾ ਕਰਦੇ ਨੇ ਜਾਂ ਪਰਪਾਸੀਆਂ ਨਾਲ ਕਰਦੇ ਨੇ ਦੇਖੋ ਮਿਹਨਤ ਕਰਨੀ ਬਹੁਤ ਔਖੀ ਹੈ ਇਹ ਸਭ ਨੂੰ ਪਤਾ ਹੈ ਗਰਮੀ ਦਾ ਸਮਾਂ ਹੈ ਠੀਕ ਹੈ ਜੀ हाँ जी आगे की कहना चाहोगे अब तो सर हम क्या कहना चाहूँगा अब तो आगे जो करेगा मेरा जिसके आया वही कर सकता है और सरकार 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 पंजाब है प्रशासन को आप किस मांग कर दे जान दे वास्ते जो सहायता किस तरह की चाहते हो सहायता तो हम मांगेंगे यही कि हम लोग को बिहार पहुंचना है कुछ कुछ पैसे पुसे होगा हम लोग को तो हम फिर जाएंगे घर है कि नहीं जाए दो सौ रुपये बचा के कहाँ जाएंगे दो सौ रुपये तो खाने पीने में लग जाता है राशन रूशन में लग जाता है और क्या इन्होंने पंजाब सरकार तो तो, तो मांग की भी सानू ज़्यादा नहीं खर्चा जेड़ा कि सू किया इसके पहचान के इस वास्ते कोई हेल्प की जावे मैं गुरदीप कैमरामैन राजविंदर नाल खास रिपोर्ट